लोड़िया उन्होंने मुबारक जिन्होंने छाते जाना है मेरी मंजिल आसमान है मैं अपना राह खुद बना मैं जब चार साल का था जब मेरे को पैरलाइज हुआ था तो उसके बाद मेरी दोनों टांगे सूख गई फिर मैं चलने में असमर्थ हो गया तो मैं हाथों और घुटनों के बल चलता था मेरी चार सिस्टरें हैं वो मेरे को स्कूल उठा लेके ले जाती थी उठा लेके ले आती थी फिर ਪਠਾਈ ਆਪਰੇਸ਼ਨ ਹੋਏ ਤੋਂ ਮੇਰੀ ਟਾਂਗੇ ਸਿੱਧੀ ਹੋ ਗਈ ਆ। ਵੈਸੇ ਚੱਲ ਲੇਤਾ ਹਾਂ, ਕੈਲੀਪਰ ਲਗਾ ਬੋਕਰ ਲਗਾ ਕੇ ਚੱਲ ਲੇਤਾ ਹਾਂ, ਖੜਾ ਹੋ ਕੇ ਵੀ ਚੱਲ ਲੇਤਾ ਹਾਂ। ਇਕੱਲਿਆਂ ਵੀ ਜਦੋਂ ਕਿਤੇ ਬਹਿੰਦੇ ਹੋਵੋਗੇ ਇਹ ਗੱਲ ਜਿੰਨ ਚਿਰ ਜ਼ਰੂਰ ਆਂਦੀ ਹੋਏਗੀ ਰੱਬ ਨਾਲ ਸ਼ਿਕਵਾ ਤਾਂ ਕੋਈ ਨਾ ਕੋਈ ਹੁੰਦਾ ਹੀ ਹੋਏ। ਨਹੀਂ ਸਰ, ਮੈਂਨੇ ਕਦੇ ਸ਼ਿਕਵਾ ਨਹੀਂ ਕੀਤਾ। ਮੈਂ ਧੰਨਵਾਦ ਕਰਦਾ ਹਾਂ। ਮੈਂ ਮਾਤਾ ਰਾਣੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਜੋ ਕੁਝ ਵੀ دیا ਹੈ, ਮੇझे ਅੱਛਾ دیا। ਮੇਰੇ ਜੋ ਮਤਲਬ ਕبھی ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਆਈ ਨਹੀਂ। ਜੋ ਦਿੱਕਤਾਂ ਆਈਆਂ ਉਹਨਾਂ ਦਾ ਸਾਹਮਣਾ ਕਰਨ ਲਈ ਮੇਰੇ ਕੋਲ ਹਿੰ ਪੌੜੀਆਂ ਉਹਨਾਂ ਨੂੰ ਮੁਬਾਰਕ ਜਿਨ੍ਹਾਂ ਨੇ ਛਾਤੇ ਜਾਣਾ ਹੈ ਮੇਰੀ ਮੰਜ਼ਿਲ ਅਸਮਾਨ ਹੈ ਮੈਂ ਆਪਣਾ ਰਾਹ ਖੁਦ ਬਣਾਉਣਾ ਇਸੇ ਸਤਰਾਂ ਤੇ ਆਧਾਰਿਤ ਹੈ ਅੰਮ੍ਰਿਤਸਰ ਤੋਂ ਜੋਗਿੰਦਰ ਸਿੰਘ ਜੀ ਦੀ ਕਹਾਣੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਹਾਲਾਤ ਜਿੰਦਗੀ ਦੇ ਵਿੱਚ ਅਜਿਹੇ ਬਣਿਆ ਇਹਨਾਂ ਦੇ ਕਿ ਕਹਿ ਸਕਦੇ ਹਾਂ ਕਿ ਮਹਿਜ਼ 4 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਲੱਤਾਂ ਨੇ ਇਹਨਾਂ ਦਾ ਸਾਥ ਛੱਡ ਦਿੱਤਾ ਕਹਿ ਸਕਦੇ ਹਾਂ ਕਿ ਜ਼ਿੰਦਗੀ ਨੂੰ ਹਸਦੀ ਖੇਡਦੀ ਜ਼ਿੰਦਗੀ ਨੂੰ ਨਜ਼ਰ ਲੱਗ ਗਈ ਔਰ ਉਸ ਤੋਂ ਬਾਅਦ ਇੱਕ ਨਵਾਂ ਸਫ਼ਰ ਸ਼ੁਰੂ ਹੋਇਆ ਜਿਸ ਤੋਂ ਕਿ ਸ੍ਰੀਰਕ ਪੱਖੋ ਚਾਹੇ ਕਹਿ ਸਕਦੇ ਆ ਕਿ ਅੱਜ ਉਹ ਪੂਰਨ ਤੌਰ ਤੇ ਇੰਨੇ ਸਮਰਥ ਨਹੀਂ ਹਨ ਤੁਰਨ ਫਿਰਨ ਵਿੱਚ ਪਰ ਹੌਸਲੇ ਦ੍ਰਿੜ ਨੇ ਜ਼ਹਿਨ ਵਿੱਚ ਜਜ਼ਬਾ ਕੁਝ ਆਪਣਾ ਕਰ ਦਿਖਾਉਣ ਦਾ ਕਹਿ ਸਕਦੇ ਆ ਕਿ ਅੱਜ ਅੰਮ੍ਰਿਤਸਰ ਦੇ ਵਿੱਚ Zomato ਤੇ ਉਹ ਨੌਕਰੀ ਕਰ ਰਹੇ ਨੇ ਕਿਰਤ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਹੋਰ ਨਾਲੀ ਮਿਸਾਲ ਬਣਨ ਦੇ ਕਹਿ ਸਕਦੇ ਆ ਕਿ ਜਦ ਸਰੀਰ ਦਾ ਇੱਕ ਅੰਗ ਵੀ ਬੰਦੇ ਦਾ ਸਾਥ ਨਾ ਦੇਵੇ ਤਾਂ ਸਰੀਰ ਅਪਾਹਜ ਤਾਂ ਹੋ ਹੀ ਜਾਂਦਾ ਪਰ ਉੱਥੇ ਹੀ ਸਰੀਰ ਕਈ ਕੰਮਾਂ ਵਿੱਚੋਂ ਉਸ ਸਫਲਤਾ ਨਾਲ ਨਹੀਂ ਕੰਮ ਕਰ ਪਾਂਦਾ ਜਿਸ ਤਰ੍ਹਾਂ ਕੀ ਅਸੀਂ ਸਿਰਕ ਪੱਖੋਂ ਜਦੋਂ ਖੱਟੇ-ਕੱਟੇ ਹੁੰਦੇ ਆ ਤੇ ਗੱਲਬਾਤ ਕਰ ਲੈਣੇ ਆ ਜੁਗਿੰਦਰ ਸਿੰਘ ਦੇ ਨਾਲ ਅੱਜ ਕਹਿ ਸਕਦੇ ਹਾਂ ਕਿ ਕਿਰਤ ਕਰਦੇ ਹੋਏ ਵਿਖਾਈ ਦਿੰਦੇ ਹੋ ਮਿਹਨਤ ਕਰ ਰਹੇ ਹੋ ਪਰ ਜ਼ਿੰਦਗੀ 'ਚ ਕੀ ਅਜਿਹਾ ਹਾਲਾਤ ਆਏ ਕਿ ਹਾਜ਼ਰੀ ਖੇਡਦੀ ਜ਼ਿੰਦਗੀ ਨੂੰ ਨਜ਼ਰ ਲੱਗੀ ਪਹਿਲਾਂ ਤੋਂ ਮੈਂ ਨਮਸਕਾਰ ਕਰਤਾ ਹਾਂ ਆਪ ਸਭ ਕੋ ਆਪਕੇ ਚੈਨਲ ਕੋ ਵੀ ਨਮਸਕਾਰ ਕਰਤਾ ਹਾਂ ਔਰ ਆਪਕਾ ਤਹਿ ਦਿਲ ਸੇ ਧੰਨਵਾਦ ਕਰਤਾ ਹਾਂ ਕਿ ਆਪਨੇ ਮੈਨੂੰ ਇਸ ਲਾਇਕ ਸਮਝਾ ਔਰ मुझे अपने चैनल पे किया तो मैं जब चार साल का था जब मेरे को पैरालाइज हुआ था तो उसके बाद मेरी दोनों टांगे सूख गई फिर मैं चलने में असमर्थ हो गया तो मैं हाथों और घुटनों के बल चलता था तो उसके बाद पढ़ाई की प्लस टू पास किया हूँ तो मेरी चार सिस्टर हैं वो मेरे को स्कूल उठा के लेके जाती थी उठा के लेके आती थी तो उसके बाद फिर पढ़ाई वो कंप्लीट हुई उसके बाद थोड़ा सा मत ए, में भी थोड़ा सा एक हो गया तो उसके बाद कंप्यूटर कोर्स किया उसके बाद कह सकते हैं जिंदगी फिर काफी औखे पड़ाव तो लंघ दी रही कई मुश्किल भी आई हो जी सर उसके बाद फिर मेरी टांगों का मैंने ऑपरेशन कराया राजस्थान उदयपुर सिटी में जाकर के फिर ਪਠਾਈ ਆਪਰੇਸ਼ਨ ਹੋਏ ਤਾਂ ਮੇਰੀ टांगे ਸਿੱਧੀ ਹੋ ਗਈ ਆ ਵੈਸੇ ਚੱਲ ਲੇਤਾ ਹਾਂ ਕੈਲੀਪਰ ਲਗਾ ਵੋਕਰ ਲਗਾ ਕੇ ਚੱਲ ਲੇਤਾ ਹਾਂ ਖੜਾ ਹੋ ਕੇ ਵੀ ਚੱਲ ਲੇਤਾ ਹਾਂ ਬਟ ਬਹੁਤ ਥੋੜੀ ਪਰੇਸ਼ਾਨੀ ਦੀ ਬਾਤ ਹੁੰਦੀ ਹੈ ਤਾਂ ਇਸ ਕਰਕੇ ਮੈਂ ਲਗਾਤਾਰ ਨਹੀਂ ਹਾਂ ਅੱਜ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਤੁਸੀਂ Zomato ਦਾ ਕੰਮ ਕਰ ਰਹੇ ਹੋ ਇੱਥੇ ਕਿਰਾਏ ਤੇ ਰਹਿ ਰਹੇ ਹੋ ਪਰਿਵਾਰ ਤੁਹਾਡਾ ਹਿਮਾਚਲ ਚ ਰਹਿੰਦਾ ਜਿਵੇਂ ਤੁਸੀਂ ਦੱਸਿਆ ਸੀ ਤੇ ਇੱਥੇ ਇਕੱਲੇ ਰਹਿਣ-ਬਹਿਣ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਖਾਸ ਕਰਕੇ ਇਸ ਕੰਮ ਕਾਜ ਦੇ ਵਿੱਚ सर मुश्किलें तो आती रहती है बट उनका हंस हंसते हंसते सामना करना अच्छा लगता है, है। मुश्किल तो हर एक होती होती है मुश्किलें पर उसका सामना करना सीख गए हैं मतलब दिक्कत नहीं होती है परेशानी नहीं होती है कोई तो भी ਪਰ ਇਸ ਤਪਦੀ ਗਰਮੀ ਦੇ ਵਿੱਚ ਜਿੱਥੇ ਕਿ ਹੁਣ ਦੀ ਗੱਲ ਕਰੀਏ ਤਾਂ ਗਰਮੀ ਬਹੁਤ ਜ਼ਿਆਦਾ ਹੈ ਪਰ ਇਸ ਗਰਮੀ ਦੇ ਵਿੱਚ ਜਿੱਥੇ ਕਿ ਕਹਿ ਸਕਦੇ ਆ ਕਿ ਲੱਤਾਂ ਚਾਹੇ ਪੈਰਾਲਾਈਜ਼ ਤੋਂ ਬਾਅਦ ਤੁਹਾਡੀਆਂ ਪ੍ਰਭਾਵਿਤ ਹੋਈਆਂ ਨੁਕਸਾਨੀਆਂ ਗਈਆਂ ਉਸ ਬਿਮਾਰੀ ਕਾਰਨ ਪਰ ਹੁਣ ਵੀ ਜਦੋਂ ਤੁਸੀਂ ਆਰਡਰ ਲੈਣ ਜਾਂਦੇ ਹੋ ਇੰਨੀ ਗਰਮੀ ਦੇ ਵਿੱਚ ਕਦੀ ਇਹ ਨਹੀਂ ਸੋਚਿਆ ਕਿ ਕੋਈ ਆਰਾਮਦਾਇਕ ਬਹਿ ਕੇ ਕਰਨ ਵਾਲਾ ਕੰਮ ਕਰ ਲਈਏ ਕਿ ਤਾਂ ਜੋ ਆਈ ਚਲਾਈ ਵੀ ਹੁੰਦੀ ਰਹੇ ਅਤੇ ਆਪਣਾ ਜੋ ਕਿਰਤ ਕਮਾਉਣ ਦਾ ਕੰਮ ਹੈ ਉਹ ਵੀ ਚੱਲਦਾ ਨਹੀਂ ਐਕਚੁਅਲੀ ਬੈਠਣੇ ਸੇ ਕੀ ਹੁੰਦਾ ਹੈ ਕਿ ਬਹਿਣੇ ਸੇ ਬੰਦਾ ਬੋਰਿੰਗ ਲਾਈਫ ਹੋ ਜਾਂਦੀ ਹੈ ਇਹ ਕੰਮ ਅੱਛਾ ਹੈ ਬੜੀਆ ਅੱਛਾ ਕੰਮ ਹੈ ਚਲਤੇ ਰਹੋ ਪੂਰੀ ਦੁਨੀਆ ਦੇਖਤੇ ਰਹੋ ਆਰਾਮ ਨਾਲ ਬੜੀਆ ਕੰਮ ਹੈ ਹਰ ਪਰਸਨ ਸੇ 10-15 ਮਿੰਟ ਬਾਅਦ ਆਧੇ ਘੰਟੇ ਬਾਅਦ ਨਿਊ ਪਰਸਨ ਸੇ ਮਿਲਣਾ ਉਸਕੋ ਖਾਣਾ ਡਿਲੀਵਰ ਕਰਨਾ ਅੱਛੀ ਬਾਤ ਹੈ ਅੱਛਾ ਲੱਗਦਾ ਹੈ ਜਮੇਟੋ ਦਾ ਕੰਮ ਬਹੁਤ ਅੱਛਾ ਹੈ ਹਾਂ ਰੁਗਿੰਦਰ ਜੀ ਜਿਸ ਹਾਲਾਤ ਦੇ ਵਿੱਚ ਤੁਸੀਂ ਇਸ ਵਕਤ ਹੋ ਕਹਿ ਸਕਦੇ ਆ ਕਿ ਇੱਕ ਅਣਚਾਹ ਮੋੜ ਆਇਆ ਜ਼ਿੰਦਗੀ ਦੇ ਵਿੱਚ ਤੁਹਾਡੇ ਹੱਥਾਂ ਦੇ ਵਿੱਚ ਨਹੀਂ ਸੀ ਕਹਿ ਸਕਦੇ ਆ ਕਿਸੇ ਵੀ ਮਨੁੱਖ ਦੇ ਹੱਥਾਂ ਦੇ ਵਿੱਚ ਨਹੀਂ ਹੁੰਦਾ ਕਿ ਉਸ ਨਾਲ ਅਗਲੇ ਪਲ ਕੀ ਹੋਣਾ ਪਰ ਮੂਡ ਮੂਡ ਤੇ ਜਾਂ ਕੱਲਿਆਂ ਵੀ ਜਦੋਂ ਕਿਤੇ ਬਹਿੰਦੇ ਹੋਵੋਗੇ ਇਹ

ਤੇ ਆ ਵੀ ਮੈਂ ਸਵੇਰ 10 ਵਜੇ ਆ ਵੀ ਨਿਕਲ ਗਿਆ ਹਾਂ ਘਰ ਸੇ ਅਬ ਰਾਤ ਕੋ 10:30 ਪੌਣੇ 11 ਵਜੇ ਘਰ ਪਹੁੰਚੂਗਾ ਕਹਿ ਸਕਦੇ ਹਾਂ ਕਿ ਬਲੰਦ ਹੌਸਲਿਆਂ ਦੀ ਇੱਕ ਵੱਡੀ ਉਦਾਹਰਣ ਨੇ ਜੋਗਿੰਦਰ ਸਿੰਘ ਜੀ ਔਰ ਮਹਿਜ਼ 38 ਸਾਲ ਦੀ ਹਜੇ ਉਮਰ ਹੈ ਔਰ 38 ਸਾਲ ਦੀ ਉਮਰ ਦੇ ਵਿੱਚ ਇੱਕ ਕਹਿ ਸਕਦੇ ਹਾਂ ਕਿ ਚਨੂਨ ਹੈ ਕੁਝ ਆਪਣਾ ਕਰਤਕ ਹੁੰਦਾ ਅਕਸਰ ਅਸੀਂ ਗੱਲ ਕਰਦੇ ਹਾਂ ਤਾਂ ਲੋਕਾਂ ਤੇ ਅਜੀਬੇ ਹਾਲਾਤ ਪੈਂਦੇ ਨੇ ਕਿਸੇ ਨੂੰ ਕੋਈ ਬਿਮਾਰੀ ਕਾਰਨ ਕੁਝ ਔਖੇ ਹਾਲਾਤਾਂ ਤੋਂ ਲੰਘਣਾ ਪੈਂਦਾ ਕਿਸੇ ਤੇ ਕੋਈ ਹੋਰ ਮੋੜ ਆ ਜਾਂਦਾ ਜ਼ਿੰਦਗੀ ਦੇ ਵਿੱਚ ਪਰ ਇੱਕ ਕਹਿ ਸਕਦੇ ਆ ਜ਼ਹਿਨ 'ਚ ਜੋ ਦ੍ਰਿੜਤਾ ਉਹ ਵਿਖਾਈ ਦਿੰਦੀ ਹੈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੋ ਅਕਸਰ ਔਖੇ ਹਾਲਾਤਾਂ ਨਾਲ ਸਮਝੌਤਾ ਨਹੀਂ ਕਰ ਪਾਉਂਦੇ ਉਹਨਾਂ ਅੱਗੇ ਝੁਕ ਜਾਂਦੇ ਨੇ ਜਾਂ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ ਦੇਖਿਏ ਸਰ ਬੋਲਤੇ ਆਂ ਦਿਵਿਆਂਗ 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 ਜੋ ਹੁੰਦਾ ਹੈ ਦਿਮਾਗ ਸੇ ਹੁੰਦਾ ਹੈ ਨਾ ਕਿ ਹੱਥਾਂ ਮਰ ਪੈਰਾਂ ਸੇ ਨਹੀਂ ਹੁੰਦਾ ਅਗਰ ਉਸਨੇ ਕਿਸੇ ਨੇ ਮੰਨ ਲਿਆ ਕਿ ਹਾਂ ਮੈਂ ਦਿਵਿਆਂਗ ਹੂੰ मैं कुछ नहीं कर सकता हूँ तो वो मानसिक दिव्यांग है वो तो अच्छा जो मैंने बहुत से देखे हैं अच्छे लोग जो चल फिर सकते हैं बढ़िया वो ऐसे भीख मांग रहे हैं नहीं।, नहीं अच्छे नहीं लगता है जो मेहनत का जो फल मेहनत से जो खाने का होता है वो उसमें बहुत मजा आता है कह सकते कि जिस ना तुम गलत कर दे ऑफ द कैमरा भी असी जो गलबात की लगता है कि औखे ਚੀਜ਼ਾਂ ਨਾਲੀਆਂ ਔਖੀਆਂ ਮੁਸ਼ਕਲਾਂ ਨਾਲ ਟੱਕਰ ਲੈਣਾ ਤੁਹਾਡੇ ਮਨ ਵਿੱਚ ਪਹਿਲਾਂ ਹੀ ਹੈ ਕਿ ਮੈਂ ਔਖਾ ਹਾਰਡਵਰਕ ਕਰਕੇ ਹੀ ਜੀ ਸਰ ਹਾਰਡ ਵਰਕਿੰਗ ਬਹੁਤ ਕੀ ਹੈ ਸਵੇਰ 4 ਵਜੇ ਸੇ ਗਰਾਉਂਡ ਤੇ ਪ੍ਰੈਕਟਿਸ ਕਰਨਾ ਆਪਕੋ ਸਾਇਆ ਬਤਾਇਆ ਨਹੀਂ ਅਭੀ ਮੈਂ ਨੈਸ਼ਨਲ ਲੈਵਲ ਵਿਲਚਰ ਕਰਕੇ ਆ ਤਰ ਹੂ ਮੈਂ ਨੈਸ਼ਨਲ ਲੈਵਲ ਸਿਟੀਂਗ ਬਾਲੀਵਾਲ ਖੇਲ ਕੇ ਆ ਗਿਆ ਹੂ ਜੀ ਸਰ ਤਾਂ ਬਿਲਕੁਲ ਇੱਕ ਬੜੀ ਹੀ ਪ੍ਰੇਰਨਾਦਾਇਕ ਕਹਾਣੀ ਹੈ ਜਗਿੰਦਰ ਸਿੰਘ ਜੀ ਦੀ ਅਕਸਰ ਅਜਿਹੇ ਲੋਕ ਸਮਾਜ ਦੇ ਹੋਰਨਾਂ ਲੋਕਾਂ ਲਈ ਮਿਸਾਲ ਬਣਦੇ ਨੇ ਕਿਉਂਕਿ ਅਕਸਰ ਜ਼ਿੰਦਗੀ ਦੇ ਵਿੱਚ ਮੋੜ ਮੋੜ ਤੇ ਚੁਣੌਤੀਆਂ ਆਂਦੀਆਂ ਨੇ ਔਰ ਹਰ ਇੱਕ ਨੂੰ ਕਿਸ ਨਾ ਕਿਸੇ ਹਾਲਾਤ ਨਾਲ ਜੂਝਣਾ ਪੈਂਦਾ ਪਰ ਕਈ ਲੋਕ ਹਾਲਾਤਾਂ ਅੱਗੇ ਝੁੱਕ ਜਾਂਦੇ ਨੇ ਉਹਨਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ ਪਰ ਅਜਿਹੇ ਸਖਸ਼ੀਤਾਵੀਆਂ ਨੇ ਸਮਾਜ ਵਿੱਚ ਜਿਨ੍ਹਾਂ ਦੇ ਚਿਹਰੇ ਤੇ ਹਰ ਵੇਲੇ ਇੱਕ ਮੁਸਕਰਾਹਟ ਰਹਿੰਦੀ ਆ ਔਰ ਉਹ ਮੁਸਕਰਾਹਟ ਹੋਣ ਲਈ ਇੱਕ ਪ੍ਰੇਰਨਾ ਸਰੋਤ ਬਣਦੀ ਆ ਕਿ ਤਾਂ ਜੋ ਅਸੀਂ ਔਕੇ ਤੋਂ ਔਕੇ ਮੁਸ਼ਕਲਾਂ ਦੇ ਨਾਲ ਵੀ ਸਮਝੌਤਾ ਨਾ ਕਰੀਏ ਉਹਨਾਂ ਦਾ ਡਟ ਕੇ ਸਾਹਮਣਾ ਕਰੀਏ ਕਿ ਤਾਂ ਜੋ ਜ਼ਿੰਦਗੀ ਦਾ ਜੋ ਸਫ਼ਰ ਪਤਾ ਨਹੀਂ ਕਿਸ ਵੇੜੇ ਜ਼ਿੰਦਗੀ ਦੇ ਵਿੱਚ ਕਿਹੜੀ ਖੁਸ਼ਖਬਰੀ ਆਣੀ ਹੈ ਕਿਹੜਾ ਮੋੜ ਦੇਖਾਣਾ ਕਿਹੜੀ ਸੂਰਜ ਦੀ ਕਿਰਨ ਜਿਹੀ ਆਣੀ ਹੈ ਜਿਸ ਨੇ ਸਭ ਹਾਲਾਤਾਂ ਨੂੰ ਬਦਲ ਦੇਣਾ ਤੇ ਫਿਰ ਕਹਿ ਸਕਦੇ ਹਾਂ ਕਿ ਇੱਕ ਜ਼ਿੰਦਗੀ ਦੇ ਵਿੱਚ ਨਵਾਂ ਮੋੜ ਆਏਗਾ ਪਰ ਅਜਿਹੇ ਲੋਕ ਹੋਣਾਂ ਲਈ ਮਿਸਾਲ ਵੀ ਨੇ ਤੇ ਉਹਨਾਂ ਲਈ ਇੱਕ ਪ੍ਰੇਰਨਾ ਸਰੋਤ ਵੀ ਅੰਮ੍ਰਿਤਸਰ ਤੋਂ ਨਿਤਿਸ਼ ਸਬਰਵਾਲ న్యూਸ 18 ਪੰਜਾਬ